그런 아빠네 샤브데 비자 그게 머리 녹이 비자 옛날에 에 산트 님인데 산트 얘네 두세 데스네 난 데스 비스텐 바리 백 브리지 된 바리 오 산트 에 파 조에 아마리 안 삼자 거기르 와 파에 페데 산트네 어 엄마 산트라 해도 테 많이 사프리 캬레 그렇지 길게 함 산트는 기레인 때레 함 산트는 기셔마 예 자 산트 길게 그 메토드 지엔 뭐 지엔 킨 게데 페란디 ਨਾਲ ਛੋਈ ਤੋੜੀ ਕਿ ਮੈਂ ਆਪਣੀ ਹਸਤੀ ਇੰਨੀ ਮਿਟਾ ਦਿਆਂ ਮੇਰੀ ਮੈਂ ਮੇਰੀ ਨਰ ਰਹੇ ਇਤਨੀ ਮੇਰੀ ਕਿ ਮੈਂ ਰੇਣ ਬਣ ਜਾਵਾਂ ਪੈਰਾਂ ਹੇਠ ਉਹਨਾਂ ਦੇ ਪਿਛਲਾ ਸੰਤ ਹਮਾਰਾ ਕਹਿਣਾ ਉਹ ਮੇਰਾ ਹੋਰ ਸ਼ਿਕਾਰ ਹੀ ਨਹੀਂ ਕਿਉਂਕਿ ਸੰਤ ਦੇ ਮੈਂ ਮੇਰੀ ਆਪਣੀ ਹਸਤੀ ਕੋਈ ਨਹੀਂ ਸੰਤਾਂ ਦੀ ਮਿਹਰ ਹੀ ਮੇਰਾ ਕਹਿਣਾ ਬਖਸ਼ਿਸ਼ ਹੀ ਮੇਰਾ ਉਹਦਾ ਪਿਆਰ ਹੀ ਮੇਰਾ ਕਹਿਣਾ ਸੰਤ ਹਮਾਰੀ ਓਟਸਤਾਨੀ ਉਹੀ ਮੇਰਾ ਓਟ ਹੈ ਸੰਤ ਹਮਾਰਾ ਕਹਿਣਾ ਹਾਂ ਹਮ ਸੰਤਨ ਕੀ ਸ਼ਰਨ ਸ਼ਰਨ ਪੈ ਗਿਆ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਦੇਖੋ ਇਹ ਮਤਲਬ ਹੈ ਇਹ ਸੰਤਾਂ ਨਾਲ ਉਦੋਂ ਮਿਲਾਪ ਹੁੰਦਾ ਹੈ ਜੇ ਪਿਛਲੇ ਜਨਮ ਦੇ ਵਿੱਚ ਕੋਈ ਅਸੀਂ ਕਮਾਈ ਕੀਤੀ ਹੋਈ ਹੈ ਹੁਣ ਤੁਸੀਂ ਧਿਆਨ ਕਰੋ ਪੂਰਬ ਲਿਖ ਬਣ ਗਿਆ ਪੂਰਬ ਹੁਣ ਸਮਝਦੇ ਪਿਛਲੇ ਜਨਮ ਕਹਿਣਾ ਵੀ ਗਲਤ ਹੈ ਪੂਰਬ ਲਿਖਿਆ ਪਾਈ ਪੂਰਬ ਕਹਿੰਦੇ ਹੈ ਹੁਣ ਕਰ ਰਹੇ ਹੋ ਇਹ ਘੜੀ ਪੂਰਬ ਬਣ ਗਿਆ ਪਾਸਟ ਹੈ ਨਾ ਇਹ ਪੁਰਬ ਬਣ ਗਿਆ ਇਹ ਕਰੀ ਕਿਉਂ ਪੁਰਬ ਬਣ ਗਿਆ ਸੋ ਇਸ ਤਰ੍ਹਾਂ ਜੇ ਤੁਸੀਂ ਇਹ ਉੱਚੀ ਸੰਗਤ ਕਰਦੇ ਰਹੋਗੇ ਜਿਹੜੇ ਤੁਹਾਨੂੰ ਦੂਸਰੇ ਦੇਸ਼ ਦੀਆਂ ਗੱਲਾਂ ਦੱਸਦੇ ਆ ਉਹ ਤੁਹਾਡੇ ਲਿਖਿਆ ਜਾ ਰਿਹਾ ਇਹ ਤੁਹਾਡੀ ਕ੍ਰੈਡਿਟ ਤੇ ਲਿਖਿਆ ਜਾ ਰਿਹਾ ਇਸ ਦਾ ਨਤੀਜਾ ਇਹ ਹੋਏਗਾ ਕਿ ਤੁਹਾਨੂੰ ਫਿਰ ਸੰਤਾਂ ਦੀ ਸੰਗਤ ਮਿਲ ਜਾਏਗੀ ਫਿਰ ਬਣ ਆਈ ਬਣ ਕਿਸ ਤਰ੍ਹਾਂ ਹੁੰਦੀ ਹੈ ਬਣ ਆਈ ਕਿਸ ਤਰ੍ਹਾਂ ਹੁੰਦੀ ਹੈ ਬਣ ਇਸ ਤਰ੍ਹਾਂ ਹੁੰਦੀ ਹੈ ਹਸਬੈਂਡ ਐਂਡ ਵਾਈਫ ਲਾਵਾਂ ਦੇ ਦਿੰਦੇ ਤੇ 60 ਸਾਲ 50 ਸਾਲ ਜ਼ਿੰਦਗੀ ਗੁਜ਼ਾਰਦੇ ਤੇ ਉਹਨਾਂ ਦੀ ਬਣ ਨਹੀਂ ਆਉਂਦੀ ਬਣਨਾ ਕੀ ਹੈ ਬਣ ਕਹਿੰਦੇ ਆ ਅੰਤਰ ਆਤਮੇ ਜੋ ਮਿਲੇ ਮਿਲਿਆ ਕੀਏ ਰਿਸ ਹੋਏ ਤਾਂ ਐਵੇਂ ਢੋਲ ਪਏ ਵਜਾਉਂਦੀ ਸਾਰੀ ਦੁਨੀਆ ਕੋਈ ਪਿਓ ਹੈ ਕੋਈ ਧੀ ਹੈ ਕੋਈ ਪੁੱਤਰ ਹੈ ਕੋਈ ਕੁਛ ਹੈ ਕੋਈ ਕੁਛ ਹੈ ਇਹ ਸਭ ਢੋਲ ਵਜਾਉਂਦੇ ਆ ਅੰਦਰ ਨਹੀਂ ਬਣੀ ਆਉਂਦੀ ਮਨ ਹੀ ਨਹੀਂ ਮਿਲਦਾ ਤੇ ਆਤਮਾ ਦਾ ਕੀ ਆਤਮਾ ਤਾਂ ਪਰੇ ਦੀ ਗੱਲ ਹੈ ਮਨ ਹੀ ਨਹੀਂ ਕਿਸੇ ਦਾ ਮਿਲਦਾ ਸੋ ਇਹ ਬਾਣੀ ਬਣ ਨਹੀਂ ਆਈ ਕਿਸੇ ਦੀ ਬਾਣੀ ਕੋਈ ਕੋਈ ਖਬਰ ਆਉਂਦਾ ਮੈਂ ਤਾਂ ਕੋਈ ਕਰਦਾ ਹੀ ਕੋਈ ਟਾਮਾ ਟਾਮਾ ਕੋਈ ਹੋਏ ਜੋੜੀ ਜੇ ਜਾਂ ਘਰ ਚ ਸਾਰੇ ਟੱਬਰ ਇੱਕ ਸੁਰ ਵਿੱਚ ਪਰੋਤੇ ਹੋਏ ਇੱਕ ਜਿਹਨਾਂ ਦੀ ਬਣ ਆਈ ਹੈ ਨਹੀਂ ਬਣ ਆਈ ਕਿਉਂਕਿ ਹਰ ਇੱਕ ਪਿਛਲੇ ਜਨਮ ਦੇ ਸੰਸਕਾਰ ਅਲੱਦਾ ਅਲੱਦਾ ਉਹ ਹੁਣ ਵੀ ਸੰਸਕਾਰ ਹੈ ਮਾਪਿਆਂ ਦੇ ਘਰ ਜੰਮੇ ਪਲੇ ਆਪੋ ਆਪਣੇ ਫਿਰ ਉਹਨਾਂ ਦੀ ਤੇ ਫਿਰ ਉਹ ਬਣ ਨਹੀਂ ਆਉਂਦੀ ਕਿਸੇ ਦੀ ਵੀ ਇਹ ਗੱਲ ਇਹ ਅਨਨੈਚੁਰਲ ਚੀਜ਼ ਹੈ ਤੇ ਪਰ ਪਿਛਲੇ ਜਨਮ ਦੇ ਸੰਸਕਾਰਾਂ ਅਨੁਸਾਰ ਜੇ ਕੋਈ ਗੁਰਮੁਖ ਘਰਾਂ ਚੋਂ ਪੈਦਾ ਹੋਇਆ ਹੋਵੇ ਗੁਰਮੁਖ ਘਰਾਂ ਚ ਰਹਿ ਕੇ ਫਿਰ ਕਿਤੇ 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 ਬਣ ਜੇ ਬਣ ਜਾਵੇ ਉਹ ਕਿਵੇਂ ਬਣੇਗੀ ਉਹ ਸਰੀਰਕ ਲੈਵਲ ਤੇ ਨਹੀਂ ਯਾਦ ਰੱਖੋ ਸਰੀਰਕ ਲੈਵਲ ਤੇ ਨਹੀਂ ਮਾਨਸਿਕ ਲੈਵਲ ਤੇ ਨਹੀਂ ਬਣਨੀ ਹੈ ਬਾਣੀ ਕਿੱਥੇ ਬਣਨੀ ਹੈ ਅੰਤਰ ਆਤਮੇ ਜੋ ਮਿਲੇ ਜਿਹੜਾ ਆਤਮਾ ਨਾ ਆਤਮਾ ਦੋ ਬਲਬ ਹੈ ਜੇ ਇਹਨਾਂ ਦਾ ਕੁਨੈਕਸ਼ਨ ਇੱਕ ਤਾਰ ਚ ਨਹੀਂ ਬਿਜਲੀ ਨਹੀਂ ਇਹਦੇ ਚੱਲੇ ਗਈ ਤਾਂ ਇਹ ਇਹਨਾਂ ਇਹਨਾਂ ਦੀ ਬਣ ਆਈ ਹੈ ਦੋ ਬਲ ਇਹ ਕਿਉਂ ਬਣਿਆ ਇਹ ਤਾਰ ਇੱਕੋ ਚੱਲਦੀ ਹੈ ਜੇ ਨਾਮ ਤਾਂ ਚੱਲਦਾ ਹੈ ਦੋ ਤੇ ਜੇ ਸੰਤਾਂ ਦਾ ਵਿੱਚੋਂ ਨਿਕਲੇ ਹੋਏ ਨਾਮ ਦੀ ਤਾਰ ਨਾਮ ਦੀ ਬਿਜਲੀ ਕਿਸੇ ਜਗਿਆਸੂ ਦੇ ਅੰਦਰ ਜਾ ਬੜੀ ਤਾਂ ਉਹਨਾਂ ਦੀ ਬਣ ਗਈ ਨਹੀਂ ਤਾਂ ਨਹੀਂ ਬਣੀ ਨਹੀਂ ਤਾਂ ਕਈ ਚੇਲੇ ਬਣ ਜਾਂਦੇ ਆ ਜਦੋਂ ਦੇਖਦੇ ਆ ਵੀ ਇੱਥੇ ਰਜਮਾ ਖਾਣਾ ਨਹੀਂ ਮਿਲਦਾ ਛੱਡ ਕੇ ਚਲੇ ਜਾਂਦੇ ਸੰਤਾਂ ਨੂੰ ਉੱਥੇ ਵੀ ਈਰਖਾ ਦੁਆਏ ਕਿਹਾ ਵੀ ਡੇਰਿਆਂ ਚ ਫਿਕਰ ਨਾ ਕਰੋ ਜੇ ਤੁਹਾਡੇ ਘਰਾਂ ਚ ਆਏ ਸਨ ਉੱਥੇ ਵੀ ਹੈਗੀ ਡੇਰਿਆਂ ਚ ਰਹਿ ਸੋ ਇਹ ਤਾਰ ਕੀ ਹੁੰਦਾ ਹੈ ਸੰਤ ਦੂਸਰੇ ਦੇਸ਼ ਦੇ ਰਹਿਣ ਵਾਲੇ ਬੇਗਮਪੁਰੇ ਦੇ ਰਹਿਣ ਵਾਲੇ ਬਸ ਉਹ ਦੂਸਰੇ ਦੇਸ਼ ਦੇ ਬੈਠੇ ਇੱਥੇ ਬੋਲਬਾਲਾ ਕਿਹਦਾ ਹੈ ਬਾਜ਼ਾਰ ਕਿਹਦਾ ਚੱਲਦਾ ਹੈ ਪਖੰਡੀ ਸਿੰਘ ਕਹਿੰਦਾ ਬਿਜਲੀ ਵਾਲਿਆਂ ਦਾ ਹੈ ਨਹੀਂ ਸੁਣ ਕੋਈ ਉੱਥੇ ਕੋਈ ਬਿਜਲੀ ਕੋਈ ਕਿਤੇ ਲੋਕੀ ਸੰਤਨ ਸੋ ਬਣੀ ਆਈ ਬਣੀ ਆਈ ਦੇ ਅਰਥ ਕਿੱਥੇ ਜਦੋਂ ਉਹ ਬਿਜਲੀ ਦੋਹਾਂ ਦੀ ਬਿਜਲੀ ਨਾਲ ਕਨੈਕਸ਼ਨ ਆ ਗਿਆ ਬਿਜਲੀ ਕੀ ਹੈ ਨਾ ਕੀ ਹੈ ਸ਼ਬਦ ਜੋ ਕਨੈਕਸ਼ਨ ਆ ਗਿਆ ਉਦੋਂ ਬਣੀ ਆਈ ਪਰ ਇਹ ਪੂਰਵ ਲਿਖਿਆ ਪਾਇਆ ਪਿਛਲੇ ਜਨਮ ਚ ਕੋਈ ਸੰਗਤ ਕੀਤੀ ਤਾਂ ਆਇਆ ਫਿਰ ਕੀ ਕੀਤਾ ਇਹ ਮਨ ਤੇਰਾ ਪਾਈ ਮਨ ਤਨ ਸਭ ਕੁਛ ਸਭ ਕੁਛ ਉਹਦਾ ਫਿਰ ਉਹ ਹੁਣ ਜਦੋਂ ਪਾਏ ਹੁਣ ਨਾ ਦਾ ਇਹ ਸੰਤ ਵੀ ਉਹਨਾਂ ਦਾ ਆਪਣਾ ਆਪਾਂ ਕੁਛ ਨਹੀਂ ਹੁੰਦਾ ਧਿਆਨ ਕਰੋ ਉਹ ਸੋਚ ਨਹੀਂ ਉਹ ਸੋਚਦੇ ਨਹੀਂ ਉਹਨਾਂ ਕੋਈ ਕੋਈ ਦਿਮਾਗੀ ਗੱਲ ਨਹੀਂ ਹੁੰਦੀ ਨਾ ਉਹ ਸਰੀਰ ਉਹਨਾਂ ਦਾ ਹੁੰਦਾ ਸਰੀਰ ਤੇ ਪੰਜ ਭੂਤ ਸਰੀਰ ਤੋਂ ਪਰੇ ਹੁੰਦੇ ਉਹ ਬਲਬ ਦਾ ਤੇ ਬਿਜਲੀ ਦਾ ਕੋਈ ਕਨੈਕਸ਼ਨ ਨਹੀਂ ਹੈ ਬਾਹਰਲੇ ਸ਼ੀਸ਼ੇ ਦਾ ਸਰੀਰ ਦਾ ਉਹ ਜਿਹੜੀ ਚੀਜ਼ ਹੈਗੀ ਉਹ ਤਾਂ ਧਰੋਂ ਪਾਵਰ ਹਾਊਸ ਚੋਂ ਆ ਰਹੀ ਹੈ ਪਾਵਰ ਹਾਊਸ ਚੋਂ ਆ ਰਹੀ ਹੈ ਤੇ ਫਿਰ
ਮਨ ਕੀ ਹੈ ਮਨ ਤਾਂ ਵਿਚੋਲਾ ਜਿਹਾ ਵਿਚੋਲਾ ਜਿਹਾ ਵਿਚਾਰੇ ਇਹ ਜਦੋਂ ਮਨ ਦੇ ਉੱਤੇ ਉਹ ਜੇ ਫਿਲਮੈਂਟ ਹੈ ਨਾ ਫਿਲਮੈਂਟ ਹੈਗਾ ਜੇ ਬਿਜਲੀ ਜਗਦੀ ਹੈ ਉਹ ਬਿਜਲੀ ਆ ਗਈ ਤਾਂ ਉਹਨੇ ਜਗ ਪੈਣਾ ਨਹੀਂ ਤਾਂ ਉਹ ਉੱਥੇ ਲੱਗ ਜਾਂਦੇ ਮਨ ਫਿਰ ਉਹ ਬਿਜਲੀ ਸਭ ਕੁਛ ਉਹਦਾ ਬਣ ਗਿਆ ਇਹ ਮਨ ਉਹ ਸਿੱਖ ਦਾ ਜੋ ਕੁਛ ਹੈਗਾ ਉਹ ਤੇਰਾ ਭਾਈ ਉਹ ਸਭ ਕੁਛ ਤੇਰਾ ਹੀ ਹੋ ਗਿਆ ਉਹ ਆਪਣੇ ਸੋਚਣ ਜੋਗਾ ਨਹੀਂ ਰਹਿੰਦਾ ਦਿਮਾਗ ਨਹੀਂ ਉਹਦਾ ਰਹਿੰਦਾ ਕਿਉਂਕਿ ਡਿਵਾਈਨ ਇੰਟੈਲੀਜੈਂਸ ਆ ਜਾਂਦੀ ਹੈ ਡਿਵਾਈਨ ਵਿਲ ਆ ਜਾਂਦੀ ਹੈ ਡਿਵਾਈਨ ਪਾਣਾ ਆ ਜਾਂਦਾ ਹੈ ਨਾਮ ਚੱਪਦਾ ਆ ਜਾਂਦਾ ਆਪਣੇ ਆਪ ਚ ਉਹਦਾ ਕੁਝ ਵੀ ਨਹੀਂ ਰਹਿੰਦਾ ਤੇ ਫਿਰ ਮਨ ਵੀ ਉੱਥੇ ਦਿੱਤਾ ਜਾਂਦਾ ਹੈ ਮਨ ਤੇਰਾ ਭਾਈ ਹਾਂਜੀ ਸੰਤਨ ਸੋ ਮੇਰੀ ਲੇਵਾ ਦੇਵੀ ਹਾਜੀ ਹਾਸ਼ਾ ਦੇਵਾ ਦੇਵੀ ਕੀ ਹੈ ਉਹ ਸ਼ਬਦ ਭਾਈ ਨਾਮ ਦੀ ਦੇਵਾ ਦੇਵੀ ਹੈ ਮਹਾਂਪੁਰਖ ਖੋਲ ਕੇ ਆ ਉਹਨਾਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਵਾਈਬ੍ਰੇਸ਼ਨ ਜਿਹੜੀ ਹੈ ਉਹ ਦੇਵਾ ਦੇਵੀ ਹੈ ਇਹ ਆਪਣਾ ਮਨ ਦੇ ਦਿੰਦਾ ਹੈ ਤੇ ਉਧਰੋਂ ਉਹਨੂੰ ਵਾਈਬ੍ਰੇਸ਼ਨ ਮਿਲਦੀ ਹੈ ਨਾਮ ਇਹ ਆਪਣਾ ਮਨ ਦਿੰਦਾ ਹੈ ਮਨ ਦੇ ਇਹ ਬਾਣੀ ਚ ਵੀ ਆਉਂਦਾ ਹੈ ਇਹ ਮਨ ਦੇ ਕੇ ਤੇ ਦਾਤ ਮਿਲਦੀ ਹੈ ਤੇ ਲੇਵਾ ਦੇਵੀ ਹੋਈ ਨਾ ਮਨ ਦਿੱਤਾ ਤੇ ਉਹ ਨਾਮ ਦਾਤ ਸੰਤਨ ਸੋ ਮੇਰੀ ਲੇਵਾ ਦੇਵੀ ਬਾਈ ਉਹਨਾਂ ਚਿਰ ਨਹੀਂ ਹੋਣਾ ਲੇਵਾ ਦੇਵੀ ਨਹੀਂ ਹੋਣੀ ਇੱਥੇ ਸਾਰੇ ਦਿਨ ਸਾਰਾ ਦਿਨ ਲੇਵਾ ਦੇਵੀ ਕਰਦੇ ਹਾਂ ਪੈਸਾ ਨਾ ਕਰਦੇ ਮਨ ਨਾ ਕਰਦੇ ਹਾਂ ਪਰ ਉਹ ਲੇਵਾ ਦੇਵੀ ਨਹੀਂ ਹੁੰਦੀ ਉਹ ਤਾਂ ਸੰਤਾਂ ਸੰਗੀ ਹੋਣੀ ਤੇ ਸੰਤ ਕੀ ਦਿੰਦੇ ਹੈ ਨਾਮ ਸੰਤ ਕੀ ਦਿੰਦੇ ਹੈ ਉਹਨਾਂ ਕੋਲ ਕੀ ਹੈ ਜੀ ਫਲਾਣੇ ਸੌਦਾਗਰ ਜਾਓ ਜੀ ਹੀਰਿਆਂ ਦਾ ਸੌਦਾਗਰ ਹੈ ਉਹ ਬਿਜਲੀ ਦਾ ਸੌਦਾਗਰ ਹੈ ਤੇ ਉਹਨਾਂ ਕੋਲ ਕੀ ਹੈ ਬਈ ਲੈਣਾ ਤਾਂ ਸੰਤਾਂ ਕੋਲ ਕੀ ਹੈ ਨਾਮ ਤੇ ਦੇਣਾ ਕੀ ਹੈ ਮਨ ਤਨ ਸਭ ਕੁਛ ਹਾਂਜੀ ਸੰਤਨ ਸੋ ਮੇਰੀ ਲੇਵਾ ਦੇਵੀ ਸੰਤਨ ਸੋ ਵਿਹਾਰ ਆ ਇਹ ਤਾਂ ਮੇਰੀ ਵਿਹਾਰ ਸੰਤਨ ਸੋ ਹਮ ਲਾਹਾ ਖਾਟਾ ਕੀ ਕਿੱਡਾ ਵੱਡਾ ਲਾਹਾ ਬਈ ਉਹ ਮਨ ਦੀ ਤਾਂ ਕੋਈ ਕੀਮਤ ਹੀ ਹੈ ਨੀ ਇਹ ਤਾਂ ਬਹੁਤ ਪ੍ਰੋਫਿਟੇਬਲ ਡੀਲ ਹੈ ਤਾਂ ਬਹੁਤ ਪ੍ਰੋਫਿਟ ਹੈ ਮਨ ਮਨ ਦੀ ਤਾਂ ਕੀਮਤ ਹੈ ਨੀ ਤੇ ਉੱਥੋਂ ਐਡੀ ਵੱਡੀ ਦਾਤ ਮਿਲਦੀ ਉਹ ਜਗ੍ਹਾ ਕਿੱਡਾ ਲਾਹਾ ਖਾਟਿਆ ਮੋਸਟ ਪ੍ਰੋਫਿਟੇਬਲ ਐਡਾ ਵੱਡਾ ਲਾਹਾ ਤਾਂ ਹੋਰ ਤਾਂ ਮਿਲਦਾ ਨੀ ਸੰਤਨ ਸਿੰਘ ਹਮ ਲਾਹਾ ਖਾਟਿਆ ਹਰ ਪੱਕੀ ਕੀ ਲਾਹਾ ਖਾਟੇ ਪੱਕੀ ਦਾ ਭੰਡਾਰਾ ਹੀ ਮਿਲ ਗਿਆ ਸੰਤਨ ਮੁੱਖ ਪੂੰਜੀ ਸੌਂਪੀ ਉਹ ਰੱਬ ਦੇ ਘਰ ਦੀ ਸਾਰੀ ਪੂੰਜੀ ਮੈਨੂੰ ਸੌਂਪੀ ਨਾਨਕਾ ਪਾਤਸ਼ਾਹ ਦੀ ਹੈ ਸਾਰਾ ਤੇ ਫਿਰ ਕੀ ਹੈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਉਹ ਪਿਓ ਦਾਦੇ ਦਾ ਕਹੋ ਰੱਬ ਦਾ ਖਜ਼ਾਨਾ ਗੁਰੂ ਨਾਨਕ ਖਜ਼ਾਨਾ ਸਾਰਾ ਭਗਤ ਭਗਤੀ ਦਾ ਭੰਡਾਰਾ ਹੀ ਬਖਤ ਥੋੜਾ ਜਿਹਾ ਉਹ ਜਦੋਂ ਬਿਜਲੀ ਇੱਥੇ ਆ ਗਈ ਫਿਰ ਤਾਂ ਭਾਵੇਂ ਕਿੰਨਾ ਹੀ ਹੈ ਪਰ ਫਰਕ ਇੰਨਾ ਜਾਂ ਇਸ ਬਿਜਲੀ ਦਾ ਵੋਲਟੇਜ ਆ ਗਈ 110 ਵਾਟ ਤੇ ਵੋਲਟੇਜ ਪਤਾ ਨਹੀਂ ਕਿੰਨੀ ਹੈ ਪਰ ਉੱਥੇ ਤਾਂ ਬੇਅੰਤ ਵੋਲਟੇਜ ਹੈ ਮੇਰੇ ਆਪਣੀ ਪੂੰਜੀ ਬਈ ਰੱਬ ਦੇ ਘਰ ਦੀ ਪੂੰਜੀ ਆ ਪੂੰਜੀ ਨਹੀਂ ਬਈ ਮੇਰੇ ਬਾਪ ਨੇ ਮੇਰੇ 5 ਲੱਖ ਦੀ ਜਾਇਦਾਦ ਛੱਡੀ 4 ਕੋਠੀਆਂ ਛੱਡੀਆਂ ਨਾ ਇਹ ਪੂੰਜੀ ਨਹੀਂ ਉਹ ਤਾਂ ਰੱਬ ਦੇ ਘਰ ਦੀ ਨਾਨਕ ਮੈਂ ਤੇ ਉਹਦਾ ਜਦ ਨਹੀਂ ਹਵਾਲੇ ਹੋ ਗਿਆ ਪੂੰਜੀ ਸੌਂਪੀ ਤਾਂ ਉਤਰਿਆ ਮਨ ਤੇ ਧੋਖਾ ਇੱਥੇ ਵੀ ਕਿਸੇ ਜਾਇਦਾਦ ਮਿਲ ਜਾਵੇ ਪਿਓ ਦਾਦੇ ਦੀ ਜਾਂ ਕਿਸੇ ਦੀ ਤੇ ਫਿਰ ਮਿਲਾ ਵੀ ਹੁਣ ਤਾਂ ਮੇਰੇ ਕੋਲ ਨੀ ਮੈਨੂੰ ਕੀ ਫਿਕਰ ਹੈ ਹੁਣ ਬਸ ਖੋ ਰੋਂਦਾ ਮਜ਼ੇ ਕਰਦਾ ਹੈ ਤੇ ਜੇ ਗੁਰੂ ਨਾਨਕ ਦੇ ਖਜ਼ਾਨੇ ਦਾ ਸਾਨੂੰ ਮਿਲ ਜਾਏ ਫਿਰ ਮਨ ਤਾਂ ਧੋਖਾ ਹੀ ਨਹੀਂ ਨਾ ਕੋਈ ਚਿੰਤਾ ਫਿਕਰ ਨਹੀਂ ਰਹਿੰਦੀ ਹਾਂਜੀ ਹੁਣ ਸੰਤਨ ਹੁਣ ਧਰਮ ਦਾ ਆਇਆ ਕਹਾਂ ਕਰੋ ਕਰੇਗੋ ਧਰਮ ਦਾ ਕੌਣ ਹੈ ਕਿੱਥੇ ਹੈ ਕਰਦਾ ਹੈ ਕੌਣ ਹੈ ਕੀ ਡਿਊਟੀ ਉਹਦੀ ਉਹ ਤਾਂ ਇਹ ਤਿੰਨਾਂ ਗੁਣਾਂ ਚ ਅਸੀਂ ਜੋ ਕਰਮ ਕਰਦੇ ਹਾਂ ਲੋ ਕਰਮਾਂ ਦੇ ਅਨੁਸਾਰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਕਾਨੂੰਨ ਨੂੰ ਕਾਨੂੰਨ ਦਾ ਜੱਜ ਹੈ ਧਰਮ ਹੈ ਕੌਣ ਹੈ ਜੋ ਮੈਂ ਕੀਆ ਸੋ ਇਹ ਲੋ ਹੈਗਾ ਤਿੰਨਾਂ ਗੁਣਾਂ ਚ ਉਹ ਜਿੱਥੇ ਉਹ ਪ੍ਰੈਜੀਡੈਂਟ ਦੇ ਖਾਤੇ ਵਿੱਚ ਕੋਈ ਚਲਾ ਜਾਵੇ ਤਾਂ ਇਹ ਕਾਨੂੰਨ ਪਾਰਲੀਮੈਂਟ ਦਾ ਕਾਨੂੰਨ ਉੱਥੇ ਨਹੀਂ ਚੱਲਦਾ ਜੇ ਅਸੀਂ ਗੁਰੂ ਨਾਨਕ ਦੇਵ ਦਰ ਤੇ ਪਹੁੰਚ ਜਾਈਏ ਉਹ ਸੰਤਾਂ ਨਾਲ ਇਸ ਦੁਨੀਆਂ ਚੋਂ ਤਿੰਨਾਂ ਗੁਣਾਂ ਚੋਂ ਨਿਕਲ ਜਾਈਏ ਤਾਂ ਧਰਮ ਦੇ ਤਾਂ ਕੰਮ ਹੀ ਨਹੀਂ ਹੈ ਜੱਜ ਦਾ ਉਰੇ ਹੀ ਹੈ ਧਰਮ ਹੈ ਉੱਥੇ ਕੰਮ ਉਹਦਾ ਲੱਕਾ ਡਿੱਕਾ ਹੀ ਹੈ ਨੀ ਜਦੋਂ ਗੁਰੂ ਨਾਨਕ ਦੇ ਦੇਸ਼ ਵਿੱਚ ਪਹੁੰਚ ਗਏ ਹਾਂਜੀ ਨਾਮ ਦੇ ਦੇਸ਼ ਵਿੱਚ ਪਹੁੰਚ ਗਏ ਜਦੋਂ ਸੰਤਾਂ ਦੀ ਸ਼ਰਨ ਜਾ ਪਏ ਜਿਵੇਂ ਧਰਮ ਦਾ ਕੁਛ ਨਹੀਂ ਕੁਛ ਨੀ ਕਹਿਣਾ ਕੀ ਹੈ ਉਹ ਲੜਕੇ ਨੀ ਉਹ ਤਾਂ ਉਹ ਉਰੇ ਹੀ ਰਹਿ ਜਾਂਦੇ ਬੱਦਲ ਬੁੱਦਲ ਉਰੇ ਹੀ ਰਹਿ ਜਾਂਦੇ
ਤਰਵਾਇਆ ਕਹਾ ਕਰੋ ਭਾਈ ਇਹ ਤਰਵਾਇਆ ਇਹ ਮੱਛਰ ਮੁੱਛਰ ਜਿਹੜੇ ਹੈ ਨਾ ਇਹ ਹਨੇਰੇ ਚ ਹੀ ਰਹਿੰਦੇ ਆ ਜਦੋਂ ਤਾਂ ਆ ਜਾਂਦੀ ਹੈ ਰੋਸ਼ਨੀ ਫਿਰ ਮੱਛਰ ਮੁੱਛਰ ਥੂਏ ਠਾਏ ਕੁਝ ਸਾਰੇ ਛੁੱਟ ਜਾਂਦੇ ਲੁਕ ਤਰਵਾਇਆ ਲੁਕ ਜਾਂਦਾ ਤਰਵਾਇਆ ਕਹਾ ਕਰੇ ਦੋ ਜੋ ਫਾਟੋ ਸਰਗੋ ਲੇਖਾ ਹਾਂ ਜੀ ਕਿਵੇਂ ਲੇਖਾ ਫਟਦਾ ਹੈ ਸਾਡੇ ਕਰਮ ਸਾਡੇ ਪਾਪ ਪੁੰਨ ਜੋ ਕੁਛ ਵੀ ਹੈ ਇਹ ਹਨੇਰੇ ਚ ਹੀ ਬਣੇ ਹਨੇਰੇ ਚ ਹੀ ਹੈ ਜਿੱਧਰ ਗਿਆ ਬਾਜ਼ਾਰ ਜਿੱਧਰ ਹਨੇਰਾ ਗਿਆ ਉਹਦੇ ਨਾਲ ਹੀ ਉਹਦਾ ਸਾਰਾ ਅਮਲਾ ਪਹਿਲਾਂ ਵੀ ਚੱਲ ਤਰਵਦਾ ਜੀ ਪਾਪ ਪੁੰਨ ਵੀ ਸਭ ਖਤਮ ਪਾਪ ਵੀ ਗਏ ਤਰਵਦਾ ਜੀ ਉੱਥੇ ਲੋੜ ਨਹੀਂ ਤਰਵਦਾ ਜੀ ਤਾਂ ਉਰੇ ਉਰੇ ਹੀ ਹੈ ਕਹਾ ਕਰੇ ਜਾਂ ਫਾਟੋ ਸਜ ਲੋ ਲੇਖਾ ਫਟਿਆ ਲੋਹੜੀ ਦੀ